हाँ भाई दोस्तों, तुसी वेख रहे हो प्रोग्राम भोला एक्सप्रेस। जिवें तुहानू पता ही है कि असी एवरी वीक कोई ना कोई महान हस्ती लैके आई दी, जिवें भुला साहब आए सी, अपने गुरप्रीत घुग्गी आया सी, ते अमित चड्डा जी आए सी, फिर अपने गिप्पी गरेवाल जी आए सी। सो सारयां दी लड़ी दे विच्चों ही अज साडे फिल्म इंडस्ट्री दे उभर दे डायरैक्टर सितारे ही कह दिए, ते जिन्हां दी फिल्म तुसी चल मेरा पुत, जिथे मैं ना कितें भी जावां उहदा जिक्र जरूर हुंदा, ते उह साडे नाल ने अज जनजोत जी, जनजोत भाजी नाल गल करदे आ। होर भाजी, मैं उही गल कर रहा सी जिहड़ी चल मेरा पुत पहली सी ना फिल्म, मैं बहुत चिर बाद वेखी। ਉਹ ਮੈਂ ਉਦੋਂ ਵੇਖੀ ਜਦੋਂ ਸਰਦਾਰ ਜੀ ਮੇਰਾ ਖਿਆਲ ਉੱਥੇ ਗਏ ਸੀ ਸ਼ੂਟਿੰਗ ਦੇ, ਉੱਥੇ ਭੱਲਾ ਸਾਹਿਬ ਨੇ ਕਿਹਾ ਕਿ ਕਹਿੰਦਾ ਉਹ ਫਿਲਮ ਨੇ ਬਹੁਤ ਬਜਟ ਕੀਤਾ, ਚੰਗੀ ਕਮਾਈ ਕੀਤੀ ਹੈ, ਗੱਲਾਂ ਕਰਦਾ ਕਹਿੰਦਾ। ਫਿਰ ਮੈਂ ਆ ਕੇ ਉਹ ਫਿਲਮ ਵੇਖੀ, ਅਤੇ ਤੁਸੀਂ ਕਹੋਗੇ ਹੋਰ ਜਾਣ ਕੇ ਨਹੀਂ ਵੇਖੀ। ਜਦੋਂ ਮੇਰੀ ਜੱਟ ਐਂਡ ਜੂਲੀਅਟ ਆਈ ਸੀ ਨਾ ਜੀ, ਅਤੇ ਮੈਂ 3 ਵੀਕਾਂ ਬਾਅਦ ਵੇਖਣ ਗਿਆ ਸੀ, ਮੈਂ ਪਹਿਲੀ ਫਿਲਮ ਹੈ, ਪਤਾ ਨਹੀਂ ਕੀ ਹੋਣਾ ਕਿ ਨਹੀਂ। ਜਦੋਂ ਲੋਕਾਂ ਨੇ ਆ ਕੇ ਦੱਸਿਆ ਯਾਰ ਫਿਲਮ ਕਮਾਲ ਦੀ ਗੱਲ ਵਿੱਚ, ਉਹ ਤੇਰਾ ਰੋਲ ਬਹੁਤ ਵਧੀਆ, ਤੇਰਾ ਇੱਦਾਂ, ਤੇਰਾ ਸਾਈਡ ਹੀ, ਫਿਰ ਮੈਂ ਆਪਣੀ ਫੈਮਿਲੀ ਨੂੰ ਲੈ ਕੇ ਗਿਆ, ਸਾਰੇ ਜਾਣੇ ਅਸੀਂ ਬਹਿ ਕੇ। ਮੇਰਾ ਖਿਆਲ ਜ਼ਿੰਦਗੀ 'ਚ ਪਹਿਲੀ ਫਿਲਮ ਜਿੱਦਣ ਮੇਰਾ ਵਿਆਹ ਹੋਇਆ ਸੀ, ਦਿਲ ਵਾਲੇ ਦੁਲਹਨੀਆ, ਅਤੇ ਉਦੋਂ ਬਾਅਦ ਜੱਟ ਐਂਡ ਜੂਲੀਅਟ ਸਿਨੇਮੇ 'ਚ ਵੇਖੀ ਮੈਂ ਕਦੀ ਫਿਲਮ। ਫਿਰ ਆਪ ਪ੍ਰੋਗਰਾਮ ਕਰੀਏ ਅਤੇ ਫਿਲਮ ਕਦੀ ਵੇਖਣੀ ਨਹੀਂ ਗਏ, ਅਤੇ ਸੋ ਮੈਨੂੰ ਫਿਲਮਾਂ ਵੇਖਣੀਆਂ ਚਾਹੀਦੀਆਂ ਜੀ ਟਾਈਮ ਸਿਰ। ਨਾ ਨਾ, ਇਹ ਗੱਲ ਤੁਹਾਡੀ ਬਿਲਕੁਲ, ਕਿ ਤੁਹਾਨੂੰ ਤਾਂ ਹੀ ਗਾਹ ਪਤਾ ਲੱਗਦਾ, ਉਦੋਂ ਬਾਅਦ ਮੈਂ ਕੋਈ ਨਹੀਂ ਛੱਡੀ ਕਿ ਤੁਹਾਨੂੰ ਫਿਲਮਾਂ ਵੇਖਣੀਆਂ ਚਾਹੀਦੀਆਂ। ਸੋ ਮੈਨੂੰ ਬੜੀ ਖੁਸ਼ੀ ਦੀ ਗੱਲ ਹੋ ਰਹੀ ਹੈ ਕਿ ਜਦੋਂ ਅੱਜ ਮੈਂ ਤੁਹਾਡੇ ਨਾਲ ਇੰਟਰਵਿਊ ਕਰ ਰਿਹਾ, ਅਤੇ ਮੈਨੂੰ ਨਾ ਅੰਦਰੋਂ ਕਈ ਵਾਰ ਨਾ ਆਪਣਾਪਨ ਲੱਗਦਾ ਕਿ ਗੱਲ ਕਰਦਿਆਂ। ਤੁਸੀਂ ਜ਼ਿੰਦਗੀ ਦੇ ਵਿੱਚ ਜਿੰਨੇ ਮਰਜ਼ੀ ਤੁਰੇ ਫਿਰਦੇ ਆ, ਜਿੱਥੇ ਜਿੱਥੇ ਮਰਜ਼ੀ ਭੱਜੇ ਫਿਰੋ, ਕਈ ਨਾ ਬੰਦਿਆਂ ਨਾਲ ਕੰਮ ਕਰਦੇ ਹਾਂ ਆਪਾਂ ਬਹੁਤ ਚਿਰ, ਤੁਹਾਨੂੰ 6 ਮਹੀਨੇ ਨਾ ਮਿਲੇ ਤਾਂ ਭੁੱਲ ਵੀ ਜਾਈਦੀ ਯਾਰ ਕਿਤੇ ਬੰਦਾ ਵੇਖਿਆ, ਅਤੇ ਕਈ ਨਾ ਬੰਦਾ 1 ਸੈਕਿੰਡ ਤੁਹਾਡੇ ਕੋਲ ਗੱਲ ਕਰਕੇ ਹੈਲੋ ਕਹਿ ਕੇ ਲੰਘ ਜਾਂਦਾ, ਬੰਦਾ ਸਾਰੀ ਉਮਰ ਹੀ ਯਾਦ ਕਰ ਦਿੰਦਾ ਯਾਰ ਉਹ ਬੰਦਾ ਵੇਖਿਆ ਸੀ ਕਿਤੇ ਮਿਲਿਆ ਨਹੀਂ, ਅਤੇ ਉਹਨਾਂ ਵਿੱਚੋਂ ਇੱਕ ਤੁਸੀਂ ਹੈ ਜੀ। ਥੈਂਕ ਯੂ ਭਾਜੀ, ਇਹਨਾਂ ਤੁਹਾਡੇ ਸ਼ਬਦਾਂ ਲਈ ਬਹੁਤ ਬਹੁਤ ਧੰਨਵਾਦ। ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਜਿਹੜੀ ਚੱਲ ਮੇਰਾ ਪੁੱਤ ਤੂੰ ਜਾਂ ਪਹਿਲੀ ਹੈ, ਇਹ ਤੁਹਾਡਾ ਕਿੱਦਾਂ ਸਟੋਰੀ ਵਾਈਜ਼ ਹੀ ਮੰਗੇ ਸੀ ਕਿ ਪਾਕਿਸਤਾਨ ਦੇ ਆਪਾਂ ਐਕਟਰ ਲਈਏ? ਹਾਂਜੀ ਭਾਜੀ, ਇਹ ਅਮਰਿੰਦਰ ਭਾਜੀ ਤੇ ਕਾਰਜ ਭਾਜੀ ਦਾ ਇੱਕ ਡ੍ਰੀਮ ਸੀਗਾ ਤੁਸੀਂ ਕਹਿ ਲਓ, ਜਾਂ ਉਹਨਾਂ ਨੇ ਆਲਰੇਡੀ ਪਹਿਲੇ ਸੋਚਿਆ ਹੋਇਆ ਸੀ ਕਿ ਇੱਦਾਂ ਦਾ ਕੁਛ ਕਰਨਾ, ਤੇ ਮੈਂ ਬਲੈਸਡ ਹਾਂ ਜੀ ਇਹ ਮੌਕਾ ਉਹਨਾਂ ਨੇ ਮੈਨੂੰ ਦਿੱਤਾ। ਬੇਸਿਕਲੀ ਮੈਂ ਆਪਣੇ ਵਿਆਹ ਦਾ ਕਾਰਡ ਦੇਣ ਗਿਆ ਸੀ ਜੀ ਅਮਰਿੰਦਰ ਭਾਜੀ ਦੇ ਕਾਰਜ ਭਾਜੀ ਨੂੰ, ਤੇ ਉਹਨਾਂ ਨੇ ਮੈਨੂੰ ਵਿਆਹ ਦਾ ਗਿਫਟ ਦਿੱਤਾ ਜੀ। ਤੁਹਾਡੀ ਗੱਲ ਟੋਕਣ ਲੱਗਾ, ਕਿੱਡੇ ਕਿਸਮਤ ਵਾਲੇ ਤੁਹਾਡੇ ਇਹ ਵਿਆਹ ਦਾ ਕਿ ਤੁਸੀਂ ਕਾਰਡ ਦੇਣ ਗਏ ਖੁਸ਼ੀ ਦੀ, ਖੁਸ਼ੀ ਵਾਸਤੇ ਗਾੜੀ ਖੁਸ਼ੀ ਹੋਰ ਮਿਲ ਗਈ। ਬਿਲਕੁਲ ਬਿਲਕੁਲ, ਮੈਂ ਉਹੀ ਕਹਿ ਰਿਹਾ ਕਿ ਮੈਂ ਬਹੁਤ ਬਲੈਸਡ ਹਾਂ ਜੀ, ਤੇ ਮੈਂ ਕਾਰਡ ਦੇਣ ਗਿਆ ਭਾਜੀ ਨੂੰ, ਤੇ ਭਾਜੀ ਕਹਿੰਦੇ ਮੁੰਡਿਆ ਹੁਣ ਫਿਲਮ ਕਰ ਲਾ ਕੋਈ ਸਾਡੇ ਨਾਲ, ਤੇ ਮੈਂ ਕਿਹਾ ਭਾਜੀ ਦੱਸੋ ਇਹ ਕੋਈ ਕਹਿਣ ਦੀ ਗੱਲ ਆ, ਮੈਂ ਮਤਲਬ ਬਹੁਤ ਬਲੈਸਡ ਹੋਵਾਂਗਾ ਜੀ ਮਤਲਬ ਜੇ ਮੈਨੂੰ ਮੌਕਾ ਮਿਲੇਗਾ ਜੀ। ਮਿਲੇਗਾ ਜੀ। ਤੇ ਫਿਰ ਕਹਿੰਦੇ ਕਦੋਂ ਵਿਆਹ, ਮੈਂ ਜੀ 3 ਤਰੀਕ, ਕਹਿੰਦੇ ਚੱਲ ਆ ਜਾ ਫਿਰ 4 ਤਰੀਕ ਨੂੰ ਵਾਪਸ ਆ ਜਾ ਆਪਾਂ ਫਿਲਮ ਸ਼ੁਰੂ ਕਰਨੀ। 4 ਨੂੰ ਵਾਪਸ ਆ ਜਾ। ਅੱਛਾ ਅੱਛਾ, ਬਹੁਤ ਵਧੀਆ ਜੀ। ਏਦਾਂ ਹੀ ਹੁੰਦਾ ਕਈ ਨਾ, ਇਹ ਰਾਹ ਬਣਦਾ ਹੁੰਦਾ ਕਿਸੇ ਨੂੰ, ਜਿੰਨਾ ਸਾਦਾ ਤੁਸੀਂ ਨਾ ਜਾਂਦੇ ਨਾ ਗੱਲ ਹੁੰਦੀ, ਉਹ ਤੁਹਾਨੂੰ ਦਿਲੋਂ ਵੀ ਚਾਹੁੰਦੇ ਕਿ ਨਾ ਗੱਲ ਕਰਦੇ ਕਰਦੇ ਬੰਦਾ ਰਹਿ ਜਾਂਦਾ ਜੀ। ਬਿਲਕੁਲ ਭਾਜੀ, ਰਿਦਮ ਬੋਇਜ਼ ਟੀਮ ਹੈ ਹੀ, ਸਾਰੇ ਬੰਦੇ ਇੰਨੇ ਸਵੀਟ ਨੇ, ਇੰਨੇ ਪੋਜ਼ਿਟਿਵ, ਬੇਸਿਕਲੀ ਪੋਜ਼ਿਟਿਵ ਵਾਈਬਸ ਨੇ ਸਾਰਿਆਂ ਦੇ ਵਿੱਚ ਭਾਜੀ। ਤੇ ਸਾਡੀ ਅਸੀਂ ਅਮਰਿੰਦਰ ਭਾਈ ਨੂੰ ਕਾਰਜ ਭਾਈ ਤੋਂ ਸ਼ੁਰੂ ਤੋਂ ਭਾਈ ਦੇ ਨਾਲ ਰਹੇ ਹਾਂ, ਹਰ ਫਿਲਮ ਦੇ ਵਿੱਚ ਅਸੀਂ ਮੇਰਾ ਕੁਛ ਨਾ ਕੁਛ ਹਿੱਸਾ ਰਿਹਾ ਫਿਲਮ ਦੇ ਵਿੱਚ, ਚਾਹੇ ਉਹ ਤੁਸੀਂ ਕਾਸਟਿੰਗ ਵਿੱਚ ਲਾ ਲਓ, ਚਾਹੇ ਪ੍ਰੋਡਕਸ਼ਨ ਵਿੱਚ ਲਾ ਲਓ, ਜਾਂ ਕਿਸੇ ਵੀ ਤਰੀਕੇ ਨਾਲ ਮੈਂ ਉਹਨਾਂ ਦੀ ਸਾਰੀ ਫਿਲਮਸ ਦੇ ਨਾਲ ਜੁੜਿਆ ਰਿਹਾ, ਤੇ ਉਹੀ ਪਿਆਰ ਜਿਹੜਾ ਭਾਜੀ ਨੇ ਫਿਰ। ਨਹੀਂ ਨਹੀਂ, ਤੁਸੀਂ ਬਹੁਤ ਤਰੱਕੀਆਂ ਵੱਲ ਜਾ ਰਹੇ ਹੋ, ਬਹੁਤ ਸੋਹਣਾ ਕੰਮ ਕਰ ਰਹੇ ਹੋ, ਤੇ ਗਾਂ ਫਿਊਚਰ ਵਿੱਚ ਜਿਹੜੀ ਕੋਈ ਕਰ ਰਹੇ ਆ? ਹਾਂਜੀ ਭਾਜੀ, ਕੁਛ ਪ੍ਰੋਜੈਕਟ ਹੈਗੇ ਆ, ਬਟ ਇਹ ਲੋਕਡਾਊਨ ਹੋਣ ਕਰਕੇ ਸਾਰੇ ਪ੍ਰੋਜੈਕਟ ਉੱਪਰ ਥੱਲੇ ਹੋਏ, ਕਿਉਂਕਿ ਅਸੀਂ ਬਾਹਰ ਦੇ ਸਬਜੈਕਟ ਸੋਚੇ ਹੋਏ ਸੀ ਓਕੇ ਸ਼ੂਟ, ਪਰ ਹੁਣ ਬਾਹਰ ਸ਼ੂਟਿੰਗ ਕਰਨੀ ਸ਼ਾਇਦ ਥੋੜੀ ਔਖੀ ਹੈ, ਵੀਜ਼ੇ ਲੱਗਣੇ ਸ਼ਾਇਦ ਔਖੇ ਨੇ। ਹਜੇ ਫਿਲਹਾਲ ਇਹਨਾਂ ਨੇ ਹੋ ਜਾਣਾ, ਸਾਲ ਤੱਕ ਸਾਲ ਲੱਗਣਾ ਹਜੇ ਜੀ। ਹਾਂਜੀ, ਉਸ ਤੋਂ ਪਹਿਲੇ ਅਸੀਂ ਕੁਝ ਪੰਜਾਬ ਦੇ ਪ੍ਰੋਜੈਕਟ ਸੋਚ ਰਹੇ ਹਾਂ ਭਾਜੀ, ਪਲਾਨ ਕਰ ਰਹੇ ਹਾਂ ਜੀ। ਕੋਈ ਗੱਲ ਨਹੀਂ ਜੀ, ਕਰੋ ਤੁਸੀਂ ਮੇਰਾ ਖਿਆਲ ਕਿ ਤੁਹਾਡਾ ਚੱਲ ਮੇਰਾ ਪੁੱਤ 3 ਦਾ ਵੀ ਫਿਰ ਜ਼ਰੂਰ ਚੱਲੂਗਾ ਕੰਮ।
ਹਾਂਜੀ ਜਦੋਂ 2 ਰਿਲੀਜ਼ ਹੋਈ ਤੇ ਆਡੀਅנס ਵੱਲੋਂ ਬੜੇ ਮੈਸੇਜ ਆਏ ਜੀ ਹੁਣ 3 ਵੀ ਕਰੋ ਤੇ ਉਹਦੇ ਬਾਰੇ ਵੀ ਪਲੈਨਿੰਗ ਚੱਲ ਰਹੀ ਹੈ ਜੀ। ਬਿਲਕੁਲ ਬਹੁਤ ਵਧੀਆ ਜੀ, ਤੇ ਚਲੋ ਕਿਤੇ ਅਸੀਂ ਸਾਡੇ ਵਰਗਿਆਂ ਨੂੰ ਵੀ ਮੌਕਾ ਮਿਲੂ ਕਿਤੇ ਤੁਹਾਡੀ ਫਿਲਮ ਦੇ ਵਿੱਚ ਘਰ ਤੁਹਾਡੇ ਨਾਲ ਕੰਮ ਕਰਕੇ ਸਾਨੂੰ ਵੀ ਕਿਤੇ ਮੌਕਾ ਮਿਲੂਗਾ, ਅਸੀਂ ਵੀ ਲੱਕੀ ਹੋਵਾਂਗੇ ਜੀ। ਨਹੀਂ ਨਹੀਂ ਭਾਜੀ ਅਸੀਂ ਲੱਕੀ ਸਮਝਾਂਗੇ ਜੀ, ਤੁਸੀਂ ਸਾਡੀ ਫਿਲਮ 'ਚ ਕੰਮ ਕਰੋਗੇ। ਤੇ ਮੈਂ ਹੁਣ ਆਪਾਂ ਚੱਲ ਜਾਈਏ ਕਿ ਤੁਹਾਡੇ ਉਸਤਾਦ ਕੌਣ ਨੇ ਇਸ ਲਾਈਨ ਦੇ ਵਿੱਚ ਮੇਨ? ਕੋਈ ਨਾ ਭਾਜੀ, ਉਦਾਂ ਤਾਂ ਮੈਨੂੰ ਮਤਲਬ ਹਾਂਜੀ ਮਤਲਬ ਉਦਾਂ ਮੈਨੂੰ ਹਰ ਮੌਕੇ ਤੇ ਮੈਨੂੰ ਮਹਾਰਾਜ ਦੀ ਕਿਰਪਾ ਨਾਲ ਨਾ ਮੈਨੂੰ ਹਰ ਮਤਲਬ ਮੈਨੂੰ ਚੰਗੇ ਸਿਖਾਉਣ ਵਾਲੇ ਹੀ ਮਿਲੇ ਜੀ। ਮਤਲਬ ਮੈਨੂੰ ਕੋਈ ਵੀ ਗਲਤ ਗਾਈਡ ਕਰਨ ਵਾਲਾ ਨਹੀਂ ਮਿਲਿਆ। ਮਤਲਬ ਉਸਤਾਦਾਂ ਦੇ ਵਿੱਚ ਬਹੁਤ ਨਾਂ ਆਉਂਦੇ ਜੀ, ਜਿੱਦਾਂ ਜਰਨੈਲ ਭਾਜੀ ਹੋ ਗਏ, ਗੁਰਪ੍ਰੀਤ ਸਿੰਘ ਜੀ ਭਲਹੇੜੀ ਸਾਹਿਬ ਜਿਹੜੇ ਤੁਸੀਂ ਜਾਣਦੇ ਹੋਵੋਗੇ, ਜਿਨ੍ਹਾਂ ਨੇ ਰੰਗਰੂਟ ਫਿਲਮ ਲਿਖੀ ਆ ਤੇ ਹੁਣ ਹੁਕਮਾ ਫਿਲਮ ਆ ਰਹੀ ਆ ਉਹ ਡਾਇਰੈਕਟ ਕਰ ਰਹੇ ਨੇ, ਤੇ ਨਰਿੰਦਰ ਪਾਲ ਸਿੰਘ ਨੀਨਾ ਜੀ ਹੋ ਗਏ, ਮਤਲਬ ਕਾਫੀ ਨਾਂ ਨੇ ਭਾਜੀ। ਮਤਲਬ ਮੈਂ ਇੱਥੇ ਜੇ ਲਵਾਂ ਤੇ, ਕਿਉਂਕਿ ਮੈਂ ਜਦੋਂ ਚੰਡੀਗੜ੍ਹ ਗਿਆ, ਜਦੋਂ ਮੈਂ ਫਿਲਮ ਲਾਈਨ ਚ ਗਿਆ ਭਾਜੀ, ਉਦੋਂ ਮੇਰੇ ਦਾੜੀ ਵੀ ਨਹੀਂ ਸੀ ਤੇ ਅੱਜ ਯਾਰ ਇਨਸਾਨ ਬੜੇ ਵਧੀਆ ਨੇ, ਕਿਉਂਕਿ ਸਾਡੀ ਸਰੂਪ ਤੋਂ ਪਤਾ ਲੱਗ ਜਾਂਦਾ ਨਾ ਬੰਦੇ ਦਾ, ਤੇ ਸਰੂਪ ਹੀ ਗੁਰੂ ਮਹਾਰਾਜ ਦਾ ਕਿਰਪਾ ਹੀ ਇੰਨੀ ਕੁ ਹੁੰਦੀ ਹੈ ਕਿ ਬੰਦਾ ਵੇਖ ਕੇ ਹੀ ਸਮਝ ਆਉਂਦਾ, ਤੇ ਨਾਲ ਤੁਸੀਂ ਡਾਇਰੈਕਟ ਕਰ ਰਹੇ ਹੋ ਫਿਲਮਾਂ, ਸੋ ਬੜਾ ਮਜ਼ਾ ਆਉਂਦਾ ਜੀ ਤੁਹਾਡੇ ਨਾਲ ਕੰਮ ਕਰਕੇ ਵੀ ਕੀਤਾ ਵੀ ਹੈ। ਅਤੇ ਹੋਰ ਤੁਸੀਂ ਜਿੱਦਾਂ ਮਤਲਬ ਕਿ ਫਿਲਮ ਇੰਡਸਟਰੀ ਦੇ ਵਿੱਚ ਕੋਈ ਬੰਬੇ ਵੀ ਗਏ ਆ ਕਿ ਹਜੇ ਇੱਥੇ ਪੰਜਾਬ 'ਚ ਹੀ ਕਰ ਰਹੇ ਸਾਰਾ? ਨਹੀਂ ਨਹੀਂ ਭਾਜੀ, ਬੰਬੇ ਸਾਨੂੰ ਹਰ ਫਿਲਮ ਦੇ ਵਿੱਚ ਜਾਣਾ ਪੈਂਦਾ ਜੀ, ਪੋਸਟ ਪ੍ਰੋਡਕਸ਼ਨ ਸਾਡੀ ਬੰਬੇ ਹੁੰਦੀ ਆ। ਹਾਂਜੀ, ਸੋ ਸਾਲ ਦੇ ਵਿੱਚ ਤੁਸੀਂ ਮੰਨ ਲਓ ਕਿ ਅਸੀਂ 2-3 ਮਹੀਨੇ ਜਾਂ 4 ਮਹੀਨੇ ਬੰਬੇ ਹੁੰਦੇ ਆ। ਬੰਬੇ ਦੇ ਮਹੀਨੇ ਹੁੰਦੇ ਨੇ ਜੀ। ਨਹੀਂ ਨਹੀਂ ਉਹ ਤੇ ਜ਼ਰੂਰੀ ਚਾਹੀਦਾ ਜੀ, ਉੱਥੇ ਤੇ ਜਾਣਾ ਹੀ ਪੈਂਦਾ ਹੈ। ਹਾਂਜੀ ਹਾਂਜੀ ਬਿਲਕੁਲ। ਜਦੋਂ ਫਿਲਮ ਦੀ ਸ਼ੂਟਿੰਗ ਹੁੰਦੀ ਹੈ ਤੁਸੀਂ ਕਰਦੇ ਹੋ, ਮੈਨੂੰ ਪਤਾ ਕਿ ਸੈੱਟ ਦੇ ਉੱਤੇ ਤੁਹਾਡੇ ਤੁਹਾਨੂੰ ਕੁਛ ਨਹੀਂ ਸੋਚਦਾ, ਕੰਮ ਵੱਲ ਧਿਆਨ ਹੁੰਦਾ ਹਰ ਵੇਲੇ ਕਿ ਮੈਂ ਇੱਧਰ ਜਾਵਾਂ ਉੱਧਰ ਜਾਵਾਂ, ਕਿਉਂਕਿ ਸਾਰੀ ਟੈਨਸ਼ਨ ਬਹੁਤ ਜ਼ਿਆਦੀਆਂ ਹੁੰਦੀਆਂ, ਪਰ ਇੰਨੀਆਂ ਟੈਨਸ਼ਨਾਂ 'ਚੋਂ ਤੁਹਾਡਾ ਮਾਈਂਡ ਫਰੈਸ਼ ਕਰਕੇ ਤੁਸੀਂ ਕਿੱਦਾਂ ਕੰਮ ਕਰਦੇ ਹੋ? ਐਕਚੁਅਲੀ ਭਾਜੀ ਵਧੀਆ ਕੁਐਸਚਨ ਹੈ, ਮਤਲਬ ਕਾਫੀ ਟੈਨਸ਼ਨ ਹੁੰਦੀ ਆ, ਖਾਸ ਕਰ ਹਰ ਟੀਮ ਦੇ ਹਰ ਬੰਦੇ ਦੇ ਸਿਰ ਤੇ ਟੈਨਸ਼ਨ ਹੁੰਦੀ ਆ, ਬਟ ਡਾਇਰੈਕਟਰ ਦੇ ਸਿਰ ਤੇ ਕਾਫੀ ਜ਼ਿਆਦਾ ਪ੍ਰੈਸ਼ਰ ਹੁੰਦਾ ਜੀ, ਤੇ ਬਟ ਟੀਮ ਤੁਹਾਡੀ ਪੋਜ਼ਿਟਿਵ ਹੋਵੇ। ਅਸੀਂ ਹੁਣ ਜੋ 2 ਫਿਲਮ ਮੈਂ ਕੀਤੀਆਂ ਨੇ, ਸਾਨੂੰ ਕਦੇ ਲੱਗਿਆ ਹੀ ਨੀ ਅਸੀਂ ਸ਼ੂਟਿੰਗ ਕਰ ਰਹੇ ਹਾਂ ਜੀ, ਕਿਉਂਕਿ ਸਾਡਾ ਮਾਹੌਲ ਹੀ ਉਦਾਂ ਦਾ ਹੁੰਦਾ ਸੀ। ਠਾਕਰ ਭਾਜੀ ਹੋ ਗਏ, ਨਾਸਿਰ ਭਾਜੀ, ਅਮਰਿੰਦਰ ਭਾਜੀ, ਸੋ ਸਾਡਾ ਮਤਲਬ ਇੱਕ ਸੀਨ ਤੋਂ ਬਾਅਦ ਅਸੀਂ ਜਦੋਂ ਬ੍ਰੇਕ ਲੈਣੀ ਆ, ਉਹਦੇ ਵਿੱਚ ਸਾਡਾ ਇੰਨਾ ਸਾਡੇ ਗੱਲਾਂ ਬਾਤਾਂ ਉਹ ਸਾਂਝੀਆਂ ਜੋ ਉਹਨਾਂ ਨੇ ਕੀਤੀਆਂ ਆਪਣੀਆਂ, ਉਧਰਲੇ ਪੰਜਾਬ ਦੀਆਂ, ਅਸੀਂ ਇਧਰਲੇ ਪੰਜਾਬ ਦੀਆਂ, ਸੋ ਉਹ ਸਾਨੂੰ ਪ੍ਰੈਸ਼ਰ ਬਿਲਕੁਲ ਨਹੀਂ ਸੀ ਹੁੰਦਾ ਜੀ। ਨਾਲੇ ਉਹ ਅਸੀਂ ਫਿਲਮ ਬਣਾ ਰਹੇ ਹਾਂ, ਅਸੀਂ ਬਹੁਤ ਇੰਜੋਏ ਕਰਕੇ ਉਹ ਸੌ ਕਮੇਡੀ ਕਮੇਡੀਅਨ ਸਾਰੇ ਹੈਗੇ ਸੀ, ਹੈਂ ਉਹਦੇ ਵਿੱਚ ਸੌ ਦਿਲ ਜ਼ਿਆਦਾ ਲੱਗਦਾ, ਉਹਨਾਂ ਦੀਆਂ ਗੱਲਾਂ ਸੁਣਨੂੰ ਜੀ ਕਰਦਾ, ਤੁਹਾਡੀਆਂ ਅੱਧਾ ਟਾਈਮ ਤਾਂ ਇੱਦਾਂ ਲੰਘ ਜਾਂਦਾ ਕਿ ਤੁਹਾਡੇ ਪਾਕਿਸਤਾਨ 'ਚ ਕਿੱਦਾਂ, ਸਾਡੇ ਇੱਦਾਂ ਕਿੱਦਾਂ, ਸੱਭਿਆਚਾਰ ਇੱਕੋ ਹੈ, ਰੋਟੀ ਪਾਣੀ ਸੇਮ ਹੈ। ਹੈਂ ਠਾਕਰ ਸਾਹਿਬ, ਮੈਨੂੰ ਯਾਦ ਆਈ ਇੱਕ ਗੱਲ, ਮੈਂ ਤੁਹਾਡੇ ਨਾਲ ਸਾਂਝੀ ਕਰਦਾ। ਠਾਕਰ ਸਾਹਿਬ ਦੱਸਦੇ ਸੀ ਕਿ ਜਦੋਂ ਅੰਗਰੇਜ਼ ਫਿਲਮ ਲੱਗੀ ਆ ਨਾ ਜੀ ਉਧਰ, ਉਹ ਕਹਿੰਦੇ ਉਸ ਦਿਨ ਮੈਂ ਪੈਦਲ ਆਪਣੇ ਆਫਿਸ ਗਿਆ, ਕਿਉਂਕਿ ਬਾਹਰ ਇੰਨਾ ਰਸ਼ ਸੀ ਮੈਂ ਗੱਡੀ ਲੈ ਕੇ ਨਹੀਂ ਜਾ ਸਕਿਆ ਵਾਹ ਥੀਏਟਰ ਦੇ ਬਾਹਰ, ਕਿਉਂਕਿ ਉਹਨਾਂ ਦੇ ਘਰ ਤੋਂ ਉਹਨਾਂ ਦੇ ਆਫਿਸ ਦੇ ਵਿਚਾਲੇ ਥੀਏਟਰ ਪੈਂਦਾ ਸੀ ਜੀ, ਤੇ ਉਹ ਕਹਿੰਦੇ ਉਸ ਦਿਨ ਮੈਂ ਪੈਦਲ ਲੰਘ ਕੇ ਗਿਆ, ਇੰਨਾ ਰਸ਼ ਸੀਗਾ ਜੀ। ਜੀ ਜੀ, ਸੋ ਬੜੀ ਖੁਸ਼ੀ ਵਾਲੀ ਗੱਲ ਹੈ ਜੀ ਆਪਣੇ ਜਨਜੋਤ ਭਾਜੀ ਕਿ ਤੁਸੀਂ ਇਹ ਤਰੱਕੀਆਂ ਕਰੋ, ਤਰੱਕੀਆਂ ਮਾਨੋ, ਤੇ ਕੋਈ ਗਾਂ ਹਿੰਦੀ ਫਿਲਮ ਵੱਲ ਵੀ ਹੈ ਭਾਜੀ? ਮੈਂ ਤੁਹਾਨੂੰ ਪਹਿਲੇ ਦੱਸਿਆ ਜੀ, ਮੈਂ ਉਹ ਬੰਦਾ ਜਿਹੜਾ ਫਿਊਚਰ ਕਦੇ ਨਹੀਂ ਆਪਣਾ ਪਲਾਨ ਕੀਤਾ, ਪਤਾ ਨਹੀਂ ਲੱਗਦਾ ਮਹਾਰਾਜ ਨੇ ਚੁੱਕੇ ਕਿੱਥੇ ਕਿੱਥੇ ਬਿਠਾ ਦੇਣਾ, ਮਹਾਰਾਜ ਨੇ ਕੋਈ ਪਤਾ ਨਹੀਂ ਸੀ ਉਹਦਾ। ਬਿਲਕੁਲ, ਤੇ ਹੁਣ ਤੁਸੀਂ ਲਿਖਣ ਦਾ ਸ਼ੌਂਕ ਹਜੇ ਵੀ ਰੱਖਦੇ ਹੋਗੇ? ਹੁਣ ਜ਼ਿਆਦਾ ਇੱਧਰ ਬਿਜ਼ੀ ਹੋਣ ਕਰਕੇ ਬੰਦਾ ਫਿਰ ਕਈ ਨਾ ਬੰਦਾ ਕਹਿੰਦਾ ਥੋੜਾ ਘਟ ਗਿਆ ਭਾਜੀ, ਕਿਉਂਕਿ ਇੱਧਰ ਕਾਫੀ ਬਿਜ਼ੀ ਹੋ ਗਏ ਭਾਜੀ, ਥੋੜਾ ਘਟ ਗਿਆ, ਇੱਧਰ ਕਾਫੀ ਬਿਜ਼ੀ ਹੋ ਗਏ ਜੀ। ਹਾਂ ਹੁਣ ਤੁਸੀਂ ਲੋਕਡਾਊਨ ਦੇ ਵਿੱਚ ਘਰ ਹੀ ਤੇ ਪਰਿਵਾਰ ਨਾਲ, ਤੁਹਾਡੇ ਬਿਟੀਆ ਬਿਟੀਆ ਨਾਲ ਖੇਡਣ ਦਾ ਮੌਕਾ ਬਹੁਤ ਮਿਲਿਆ ਹੋਣਾ, ਹੁਣ
ਪਰਿਵਾਰ ਨਾਲ ਥੋੜਾ ਟਾਈਮ ਲੱਗ ਜਾਏ ਤੇ ਥੋੜਾ ਬਹੁਤ ਬੁੱਕ ਕਿਤਾਬ ਪੜਨ ਦਾ ਸ਼ੌਂਕ ਥੋੜਾ ਬਹੁਤ ਹੈਗਾ ਜੀ। ਬਿਲਕੁਲ ਜੀ, ਬਿਲਕੁਲ ਜੀ। ਤੇ ਫਿਲਮ ਨਾਲ ਕਈ ਨਾ ਉਹ ਪੁੱਛ ਲੈਂਦੇ ਨਾ ਕੁਐਸਚਨ, ਤੇ ਐਵੇਂ ਫਿਰ ਕਹੋਗੇ ਕੁਐਸਚਨ ਕਿੱਦਾਂ ਦਾ ਕਰ ਰਿਹਾ ਕਿ ਫਿਲਮ ਦੇ ਨਾਲ ਨਾਲ ਕਈ ਨਾ ਪੁੱਛਦੇ ਤੇ ਯਾਰ ਤੂੰ ਕੰਮ ਕੀ ਕਰਦਾ, ਸਾਨੂੰ ਪੁੱਛਣਾ ਟਾਈ ਅੱਛਾ ਕੀ ਕਰਦੇ, ਟੈਲੀਵਿਜ਼ਨ ਚਲਾਉਂਦੇ, ਟੀਵੀ ਚਲਾਉਂਦੇ ਹਾਂ ਅਸੀਂ, ਆਪਣਾ ਪ੍ਰੋਗਰਾਮ ਕਰਦੇ ਹਾਂ, ਅਖਬਾਰ ਕੱਢਦੇ ਹਾਂ, ਅੱਛਾ ਕੰਮ ਕੀ ਕਰਦਾ, ਮੈਂ ਕਿਹਾ ਨਾਲ ਕੋਈ ਹੋਰ ਵੀ ਹੁਣ ਤਾਂ ਤੁਹਾਡੀ ਇੱਧਰੋਂ ਨੀ ਟਾਈਮ ਲੱਗਣ ਦਾ, ਹੋਰ ਕਰ ਵੀ ਨੀ ਸਕਦੇ ਮੈਨੂੰ ਪਤਾ। ਬਿਲਕੁਲ ਭਾਜੀ, ਬਿਲਕੁਲ, ਚਲੋ ਮਾਰੇ ਸਾਰਿਆਂ ਨੂੰ ਬਿਜ਼ੀ ਰੱਖੇ ਭਾਜੀ, ਆਪਣੇ ਕੰਮ ਬਹੁਤ ਵਧੀਆ, ਬਹੁਤ ਜ਼ਰੂਰੀ ਹੈ ਜੀ, ਬਿਲਕੁਲ ਕੰਮ ਚੱਲਣਾ ਬਹੁਤ ਜ਼ਰੂਰੀ ਹੈ, ਮਾਰੇ ਸਾਰਿਆਂ ਨੂੰ ਬਿਜ਼ੀ ਰੱਖਣ ਜੀ। ਵੇਖੋ ਜੀ ਇਹ ਜਿਹੜਾ ਲੋਕਡਾਊਨ ਕਰਕੇ ਨਾ ਬੜਾ ਕੰਮ ਔਖਾ ਹੋਇਆ ਪਿਆ ਸਾਰੇ, ਖਾਸ ਕਰਕੇ ਜਿਹੜਾ ਨਾ ਇਹ ਫਿਲਮ ਇੰਡਸਟਰੀ ਨੂੰ ਬਹੁਤ ਜ਼ਿਆਦਾ ਧੱਕਾ ਭਾਜੀ ਲੱਗਾ ਜੀ। ਜੀ ਭਾਜੀ, ਇੰਡਸਟਰੀ ਨੂੰ ਕਾਫੀ ਨੁਕਸਾਨ ਹੋਇਆ ਜੀ, ਚੱਲ ਮੇਰਾ ਪੁੱਤ ਉਹਨੂੰ ਬਹੁਤ ਨੁਕਸਾਨ ਹੋਇਆ ਜੀ, ਸਾਨੂੰ ਪਤਾ ਕਿ ਡੇਢ ਵੀਕ ਮੈਂ ਹੁਣ ਵੀ ਗੱਲ ਕਰ ਰਿਹਾ ਸੀ ਕਿ ਫਿਲਮ ਡੇਢ ਵੀਕ ਨੀ, ਮੇਰਾ ਖਿਆਲ ਡੇਢ ਵੀਕ ਹੀ ਲੱਗਾ, ਉਹ ਨਾਲ ਹੀ ਸਾਰਾ ਕੁਝ ਬੰਦ ਹੋ ਗਿਆ। ਹਾਂਜੀ, ਪਰ ਇੰਡੀਆ ਦੇ ਵਿੱਚ ਸਿਰਫ 3 ਦਿਨ ਲੱਗੇ ਜੀ, ਬਾਹਰ ਫਿਰ ਕੈਨੇਡਾ ਵਿੱਚ ਡੇਢ ਵੀਕ, ਸ਼ਾਇਦ 1 ਵੀਕ ਇੰਨਾ ਹੀ ਲੱਗਾ। ਇੱਥੇ ਇੰਡੀਆ ਦੇ ਵਿੱਚ 3rd day ਮਤਲਬ ਸੰਡੇ ਤੱਕ ਰਹੀ ਆ, ਮੰਡੇ ਨੂੰ ਬੰਦ ਹੋ ਗਿਆ ਸੀ ਜੀ। ਉਦੋਂ ਖਰਚੇ ਵੀ ਨਹੀਂ ਪੂਰੇ ਹੁੰਦੇ ਜੀ ਫਿਰ, ਜਦੋਂ ਕਿਉਂਕਿ ਇੱਕ ਲੋਕਾਂ ਦਾ ਮਨ ਇਹ ਜਾਣ ਨੂੰ ਕਰਦਾ ਕਿ ਇੱਕ ਸੋਚਦਾ ਕਿ ਨਾ ਜਾਈਏ ਉਹ ਕਰੀਏ, ਕਿਉਂਕਿ ਇਹਦੇ ਵਾਸਤੇ ਬਹੁਤ ਜ਼ਿਆਦਾ ਫਰਕ ਪਿਆ। ਪਰ ਜਨਜੋਤ ਭਾਜੀ ਵੈਸੇ ਆਪਾਂ ਗੱਲ ਸਾਂਝੀ ਕਰ ਰਹੇ ਹਾਂ ਕਿ ਇਹਦੇ ਨਾਲ ਨਾਲ ਹੁਣ ਜਿੱਦਾਂ ਹੁਣ ਫਿਲਮਾਂ ਦੇ ਸਿਨੇਮੇ ਹੁਣ ਪਤਾ ਨਹੀਂ, ਮੇਰਾ ਖਿਆਲ ਹਜੇ ਹੌਲੀ ਹੌਲੀ ਇਹਨਾਂ ਨੂੰ ਚਾਲੂ ਕਰਨਗੇ, ਹਜੇ ਤਾਂ ਨਹੀਂ ਐਡੀ ਛੇਤੀ ਹੋ ਰਹੇ, ਹਜੇ ਤਾਂ ਨਹੀਂ ਕਰਦੇ, ਪਰ ਜੋ ਗੱਲ ਸੁਣਨ ਚ ਆਈ ਆ ਭਾਜੀ, ਸੈਪਟੈਂਬਰ ਤੱਕ ਸਟਾਰਟ ਨਹੀਂ ਹੋਣਗੇ, ਬਟ ਜੇ ਹੋਏ ਵੀ ਤੇ ਉਹ ਥੋੜਾ ਸੋਸ਼ਲ ਡਿਸਟੈਂਸ ਦਾ ਧਿਆਨ ਰੱਖਣਗੇ, ਜਿੱਦਾਂ 300 ਦੀ ਸੀਟ ਹੈ ਉਹਨੂੰ 150 ਕਰ ਦੇਣਗੇ ਇੱਕ ਸੀਟ ਛੱਡ ਕੇ ਜਿੱਦਾਂ। ਹਾਂ, ਪਰ ਪਲੱਸ ਇਹ ਵੀ ਹੋ ਸਕਦਾ ਜੀ ਕਿ ਅੱਜ ਕੱਲ੍ਹ ਔਨਲਾਈਨ ਫਿਲਮਾਂ ਵੀ ਵੇਖਣ ਦਾ ਮੈਨੂੰ ਲੱਗਦਾ ਕਿ ਲੋਕਾਂ ਦਾ ਰੁਝਾਨ ਕਿ ਉੱਧਰ ਨਾ ਹੋਵੇ, ਘਰੇ ਬੈਠੇ ਔਨਲਾਈਨ ਹੀ ਫਿਲਮਾਂ ਬਣਾ ਕੇ ਜਿਹੜੀਆਂ ਔਨਲਾਈਨ ਚੱਲਣ ਕਰਨ। ਭਾਜੀ ਕੁਛ ਨਹੀਂ ਕਹਿ ਸਕਦੇ, ਟੈਕਨੋਲੋਜੀ ਦਾ ਕੁਛ ਨਹੀਂ ਕਹਿ ਸਕਦੇ, ਕਿਉਂਕਿ ਇਹਦੇ ਵਿੱਚ ਆਪਾਂ ਨੂੰ ਕੁਛ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸੋ ਭਾਜੀ ਤੁਸੀਂ ਕੋਈ ਬਾਕੀ ਯੂਟਿਊਬ ਤੇ ਉਹਦਾ ਪ੍ਰੋਗਰਾਮਸ ਆਈ ਜਾਣਗੇ ਆਨਲਾਈਨ, ਫਿਲਮ ਦਾ ਥੋੜਾ ਜਿਹਾ ਹੋਊਗਾ ਜੀ। ਜੀ ਜੀ, ਤੇ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ, ਆਪਣਾ ਟਾਈਮ ਵੀ ਬਿਲਕੁਲ ਸਮਾਪਤੀ ਵਾਲੇ। ਭਾਜੀ ਮੇਰੇ ਵੱਲੋਂ ਸਾਰੇ ਭੋਲਾ ਐਕਸਪ੍ਰੈਸ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਇਹੀ ਹੈ ਜੀ, ਪੋਜ਼ਿਟਿਵ ਰਹੋ, ਜੋ ਵੀ ਹੋ ਰਿਹਾ ਉਹ ਹੁਕਮ ਅੰਦਰ ਹੋ ਰਿਹਾ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਸੋ ਬਿਲਕੁਲ ਟੈਨਸ਼ਨ ਨਹੀਂ ਰਹਿਣੀ, ਮਹਾਰਾਜ ਨੇ ਬਹੁਤ ਸੋਹਣਾ ਸੋਚਿਆ ਹੋਇਆ ਸਾਰੇ ਸਾਡੇ ਸਾਰਿਆਂ ਵਾਸਤੇ, ਤੇ ਪੋਜ਼ਿਟਿਵ ਰਹੋ ਤੇ ਭਾਜੀ ਦਾ ਸ਼ੋਅ ਵੇਖਦੇ ਰਹੋ ਤੇ ਇਸੇ ਤਰ੍ਹਾਂ ਸਾਨੂੰ ਪਿਆਰ ਦਿੰਦੇ ਰਹੋ ਜੀ, ਤੁਹਾਡੇ ਪਿਆਰ ਸਦਕਾ ਅਸੀਂ ਚੱਲ ਮੇਰਾ ਪੁੱਤ ਪਹਿਲੀ ਬਣਾਈ ਆ, ਤੁਸੀਂ ਪਿਆਰ ਦਿੱਤਾ ਅਸੀਂ ਦੂਜੀ ਬਣਾਈ, ਸੋ ਇਸੇ ਤਰ੍ਹਾਂ ਸਾਡੀ ਸਾਰੀ ਫਿਲਮਾਂ ਨੂੰ ਪਿਆਰ ਕਰਦੇ ਰਹੋ ਜੀ, ਪੰਜਾਬੀ ਸਿਨੇਮਾ ਜ਼ਿੰਦਾਬਾਦ। ਥੈਂਕ ਯੂ ਵੈਰੀ ਮੱਚ ਜਨਜੋਤ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਥੈਂਕ ਯੂ ਭਾਜੀ, ਸਤਿ ਸ੍ਰੀ ਅਕਾਲ।